दीदी ने फटे चक दिते कि चक दिते पनीर ते कैप्सिकम वाली जिदा आप पनीर की भुर्जी बनाने यार ऑलमोस्ट उदा ही तैयार करी है बस ओनू हुण पफ दे विच फिल करके स्टफ करके बेक कर लेना ये असी रात का पनीर रखा हुआ सी कट के तो लग रहा समान पत्ता घट रह गया I think सार जूगा पूरा पूरा बस तो दो दो ही खाने होनी है सबने तो hopefully थोड़े प्याज होर पा लेंगे बहुत पाए हैं थाली दे विच कट लिया फुलके पैकी बन जाती है दीदी कहंदे ये भी नहीं गिरदे सी ਮਤਲਬ ਮੈਂ ਵੇਸਟ ਨਹੀਂ ਕਰਦੀ ਇਹਨੂੰ ਮੈਂ ਇਦਾਂ ਹੀ ਬੇਕ ਕਰ ਲੈਣਾ ਇਹਨੂੰ ਤੇ ਨਾ ਪਫ ਜਾ ਬਣ ਜਾਣਾ ਫਿਰ ਚਾਹ ਨਾ ਖਾਓ ਹਾਏ ਪੀ ਜੋ ਖੇਲਣ ਲੱਗਾ ਜਿੱਦਾਂ ਜ਼ਿਆਦਾ ਦੀ ਭੁੱਖ ਨਹੀਂ ਹੁੰਦੀ ਹੈਗੀ ਤਾਂ ਥੋੜਾ ਲੈ ਲੈਂਦਾ ਹੈ ਹਾਂ ਬੜੇ ਟਾਈਮ ਬਾਅਦ ਲੱਗੀ ਹੈ ਨਾ ਬਣਾਉਣ ਮੈਂ ਹਾਂ ਨਾ ਕਾਫੀ ਟਾਈਮ ਬਾਅਦ ਬਣਾਇਆ ਤੁਸੀਂ ਐਕਚੁਅਲੀ ਮੈਨੂੰ ਲੱਗਦਾ ਮੈਂ ਫਰਸਟ ਟਾਈਮ ਖਾਇਆ ਨਹੀਂ ਪ੍ਰੀਤੂ ਨਹੀਂ ਆਏ ਸੀ ਉਦੋਂ ਬਣਾਏ ਸੀ ਕਿ ਰਿਮੈਂਬਰ ਨਾ ਬਹੁਤ ਬਲਕ ਚ ਬਣਾਇਆ ਸੀ ਉਦੋਂ ਕੋਈ ਟੈਕਨੀਕ ਕੋਈ ਮੰਤਰ ਨਹੀਂ ਪੜਨੇ ਬਸ ਇਹਨੂੰ ਤਾਂ ਸੀਲ ਜੋ ਕਰ ਦੇਣਾ ਉਹ ਅੱਛਾ ਯਾਦ ਆ ਗਿਆ ਮੈਨੂੰ ਹੁਣ ਯਾਦ ਆ ਗਿਆ ਪ੍ਰੋਸੈਸ ਨਹੀਂ ਨਾ ਪਤਾ ਸੀ ਕਿ ਕਿਵੇਂ ਕਰਿਆ ਸੀ ਤੁਸੀਂ ਸਾਨੂੰ ਇਦਾਂ ਲੱਗ ਰਿਹਾ ਅਸੀਂ ਆਇਲ ਸਪਰੇਅ ਕਰ ਦਿੰਦੇ ਆ दिन ने सोचा सीगा कि है ना स्टफिंग घट जाएगी बट इन्नी बात भी गई खाने वाले बहुत घट ने अपन बनाने वाले को इदा लग्या कि रात ने ना इना थोड़ा घट बना दी एक कटिया सी हुने ओवन चो कुछ ए हाजा लग रहा है रुपी देख क्या हूं <हुँ? laughs> ते बाकी होना ले है ऑलमोस्ट चलो फिर लेके चलिए किसी ने रोला पाया हुआ बड़ी देर दा रोटी दे दा रोटी दे दा सॉस अद्धियां के खादियां नहीं है अद्धियां का पहिया जड़े आप एजिस कट्टे से आदम दे हो गए हैं हाँ देखो एकदम जिदा पैटी नहीं होंगी नहीं तो रूपी पनीर इना कुछ पसंद करती नहीं है मेनू बहुता पसंद नहीं है पनीर वैसे पर स्वाद है
ਤੁਹਾਨੂੰ ਕਿੱਦਾਂ ਲੱਗਿਆ? ਨਹਾਇਤ ਹੀ ਵਧੀਆ, ਬਹੁਤ ਬਹੁਤ ਸਵਾਦ ਸੀ। ਜ਼ਿਆਦਾ ਨਹੀਂ ਖਾ ਰਹੇ, ਮੈਂ ਸਿਰਫ 6 ਹੀ ਖਾਏ ਆ ਬਸ। ਮੈਨੂੰ ਹੁਣੀ ਬਾਤ ਪਈ ਹੈ, ਸੰਦੀਪ ਆ ਕੇ ਮੇਰੇ ਹੇਅਰ ਕੱਟ ਕਰ ਦੇ। ਮੈਂ ਕੋਈ ਪ੍ਰੋਫੈਸ਼ਨਲ ਹੇਅਰ ਡਰੈਸਰ ਨਹੀਂ ਹੈ ਵੈਸੇ। ਲੈਟਸ ਡੂ ਦਾ ਐਕਸਪੈਰੀਮੈਂਟ। ਆਰ ਯੂ ਰੈਡੀ ਪਾਜੀ? ਬਸ ਜਿਹਨਾਂ ਨੂੰ ਪਤਾ ਨਹੀਂ, ਸਾਡੇ ਇੱਥੇ ਦੁਬਾਰਾ ਕੁਝ ਸਬਰਬਸ ਦੇ ਵਿੱਚ ਲੌਕਡਾਊਨ ਹੋ ਗਿਆ। ਤਾਂ ਵੈਸੇ ਯਾਰ ਅੱਜ ਕੱਲ੍ਹ ਸੇਫ ਨਹੀਂ ਹੈਗਾ ਇੱਦਾਂ ਨਾ, ਤਾਂ ਸਭ ਕੁਝ ਸੈਟਲ ਜਾ ਨਹੀਂ ਹੁੰਦਾ, ਇੰਨੇ ਕੇਸਿਸ ਵੱਧ ਗਏ ਹਨ ਦੁਬਾਰਾ। ਯਾਰ ਤੁਸੀਂ ਮੈਲਬਨ 'ਚ ਆਪਣਾ ਖਿਆਲ ਰੱਖੋ ਅਤੇ ਬਾਕੀ ਜਗ੍ਹਾ ਵੀ ਸਾਰੇ ਖਿਆਲ ਹੀ ਰੱਖੋ। ਹਾਂ ਬਾਕੀ ਮਤਲਬ ਸਾਰੇ ਜਣੇ ਸਾਰੇ ਕਿਤੇ ਆਪਣਾ ਖਿਆਲ ਰੱਖੋ। ਚਲੋ ਟੁੱਟਣਾ ਜਾਏ ਉਹ ਮੇਰੇ ਭਾਵ ਨਾਲ। ਓ ਯਾਰ ਮੈਨੂੰ ਬਹੁਤ ਡਰ ਲੱਗ ਰਿਹਾ। ਯੂ ਡਿਡ ਅ ਗੁੱਡ ਜੌਬ ਸੈਂਡੀ। ਠੀਕ ਆ, ਬਹੁਤ ਬਣਿਆ ਜੇ ਮਾੜਾ ਮੋਟਾ ਇੱਧਰ ਉੱਧਰ ਨੂੰ ਹੋ ਗਿਆ ਨਾ। ਸਹੀ ਕਰ ਰਹੇ ਆ ਦੀਦੀ, ਹੈ ਤੁਹਾਡੇ ਚ ਗੁਣ ਹੇਅਰ ਡਰੈਸਰ ਵਾਲੇ। ਆਪਨ ਦੇ ਬਾਲ ਨਹੀਂ ਨਹੀਂ ਠੀਕ ਹੋ ਰਿਹਾ। ਮਮਾ ਹਾਂਜੀ ਲੁੱਕ ਐਟ ਦਿਸ ਕੀ ਦਾ ਐਡਾ ਦੇਖੀ ਦਾ ਆਪਣਾ ਆਪਣਾ ਸਟਾਈਲ ਹੁੰਦਾ ਤੇ ਕੌਣ ਪਿੱਛੋਂ ਸਾਫ ਕਰ ਲਿਓ ਬਾਲ ਇਹਦੇ ਨਾਲ। ਮਾਪੀ ਸੈੱਟ ਕਰ ਲੂੰਗਾ ਮੈਂ, ਕਰ ਦੇਣਾ ਕੈਮਰਾ ਆਨ ਰੱਖੀ ਕੈਮਰੇ ਦੇ ਡਰ ਨਾਲ, ਮੈਨੂੰ ਡਰ ਨਹੀਂ ਪਏਗੀ। ਜੇ ਮੈਨੂੰ ਮਾੜਾ ਜਿਹਾ ਵੀ ਕੁਛ ਬੋਲੇ ਵੀਡੀਓ ਉਦਾਂ ਹੀ ਪਾਵਾਂਗੇ। ਸਟਾਈਲ ਹੁੰਦਾ ਸੀ ਛੋਟੇ ਹੁੰਦੇ ਆ ਜਾ ਸਕੂਲ ਉਹ ਤਾਂ ਕਟਿੰਗ ਲਈ ਕਰ ਰਿਹਾ ਹੈ। ਦਰਵਾਜ਼ੀ ਹੁੰਦੀ ਨਾ ਜਿਦਾਂ ਕੱਪੜਾ ਫਾੜਤਾ ਹੁੰਦਾ, ਉਹ ਏਦਾਂ ਕੀਤਾ ਸੀ ਨਾ ਅੱਖਾਂ ਚਲੇ ਗਈਆਂ ਸ਼ੀਸ਼ੇ ਚ। ਮੇਰੇ ਵੱਲ ਵੀ ਨੀ ਦੇਖਣਾ, ਬੰਦਾ ਕੌਨਸ਼ੀਅਸ ਹੋ ਸਕਦਾ। ਬਸ ਅੱਖਾਂ ਨੀਚੇ ਰੱਖਣੀ ਹੈ, ਡੋਂਟ ਲੁੱਕ ਐਟ ਮੀ। ਹੱਥ ਕਿੱਦਾਂ ਕਰੇ ਤੂੰ? ਚਲੋ ਆਈ ਨੂੰ ਬੋਲ, ਹੁਣ ਬਹੁਤਿਆਂ ਨਾਲ ਕਰਨਾ ਪੈਣਾ ਤੈਨੂੰ, ਬਹੁਤ ਚੱਕਰ ਆ ਰਹੀਆਂ ਨੇ ਜਿਹੜੇ ਜਿਹੜੇ ਉੱਪਰ ਵਾਲੇ ਆ ਨਾ, ਹੁਣ ਉਹ ਨੀ ਕਰਨੇ ਹੁਣ, ਇੱਥੋਂ ਲੈ ਕੇ ਨਾ ਇੱਥੇ ਨਾ ਇਹਨੂੰ ਹਲਕਾ ਹਲਕਾ ਕਰਕੇ ਇੱਦਾਂ ਬਲੈਂਡ ਕਰਨਾ, ਬਲਬ ਬਲ ਅੱਗੇ ਉੱਗੋ ਤੁਸੀਂ ਆਪ ਹੀ ਕਰ ਲੋ ਨਾ ਭਾਜੀ, ਦਬਕੇ ਲੈ ਕੇ ਜਦੋਂ ਇੱਥੇ ਪਹੁੰਚ ਗਏ ਨਾ ਮੈਨੂੰ ਏਦਾਂ ਚੱਕ ਲੈਣਾ ਉੱਪਰ ਨੂੰ ਹਲਕਾ ਜਿਹਾ। ਨਹੀਂ ਯਾਰ ਮੈਂ ਅੱਛਾ ਕਰ ਰਹੀ ਹਾਂ, ਇੱਥੋਂ ਸ਼ੀਸ਼ੇ ਚ ਹੋਰ ਤਰ੍ਹਾਂ ਲੱਗ ਰਿਹਾ ਹੈ ਬਟ ਉਹ ਉੱਡ ਰਹੇ ਆ।
कांड ओके विश्राम विश्राम सावधान गलती ना बाल चक हो जाते भाजी लाइन दिख रही है ना इदा लाइन बनानी नी ओनू ब्लेंड कर दो जिदा मेरे तो नहीं हुंदा क्लीन कर लो सही गल काली मशीन नहीं हुंदी जिहड़ी सिर्फ साइडां ही चिलदी है छोटी मशीन कर लो नहीं अच्छी थले कर लो हां थोड़े कट लग जाना परफेक्ट हो गया काम जल जुला के ना खड़ दू जल बाब स्ट्रेट कट कर दे टिकटॉक बना ले साड़ी फोन की बैटरी खत्म हो गई सी हुण असीं फोन की दुबारा बैटरी नूं दुबारा दूध दूध पिला इत्थे दुबारा एनर्जी भरी आ वेदर करके हो सकता है वेदर नहीं मिला मैं शैम्पू लेके आंदा है ना ट्रेसमे का छिड़का छिड़का खा के यू नो हेयर कट भी खा
अपनी प्रमोशन कर ला अपनी भी फिर मिलन की दीदी भी है ना अपनी प्रमोशन कर ला यार जिदा की हम सब नु पता है ना इंडिया टिकटॉक बंद होया हुआ है फिलहाल लई ਮੈਸੇਜ ਆਇਆ ਸੀਗਾ ਕਿ ਦੀਦੀ ਸੋਰੀ ਟਿਕਟੌਕ ਕਿੱਦਾਂ ਦੇਖਿਆ ਕਰੋਗੇ ਤਾਂ ਇਸ ਕਰਕੇ ਮੈਂ ਆਪਣਾ ਜਿਹੜਾ ਮੇਰਾ ਆਪਣਾ ਪਰਸਨਲ ਇੰਸਟਾਗ੍ਰਾਮ ਆਈਡੀ ਸੀਗਾ ਜੋ ਕਿ ਬਹੁਤ ਪਹਿਲਾਂ ਦਾ ਬਣਾਇਆ ਸੀਗਾ ਯੂ ਨੋ ਮੰਥ ਹੋਣਾ ਟਾਈਮ ਓਪਨ ਕਰਤਾ ਓਪਨ ਮੈਂ ਕਦੇ
प्राइवेट तो पब्लिक करता है, जिससे मैं रिसेंटली काफी सारी पोस्ट पहले लोगों ने किया होना पागल ही हो गई है। मैं अपना अकाउंट खोला ना, सैंडी 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 टंडा सैंडी टंडा, कोई और नोटिफिकेशन नहीं आ रही। तो जो मेरा अपना इंस्टाग्राम आईडी है उसका नाम है गौरनल, सुनो गौरनल सुनो, सुनाइए सुनाइए सुनाइए, सैंडी डॉट टड्डा करके मेरा इंस्टाग्राम आईडी। तो मेरा अपना इंस्टाग्राम अकाउंट है सैंडी डॉट टड्डा करके, जिथे मैं अपने टिकटॉक वीडियोस पोस्ट करता करूंगी। तो प्लीज जरूर जाके लाइक करो, कमेंट करो, सोने 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 प्लीज फॉलो करो। लिंक असि डिस्क्रिप्शन बॉक्स च पा देंगे, तो प्लीज जाके जरूर फॉलो करो जो तुम चाहते हैं मेरिया टिकटॉक वीडियोस देखना। लो दी प्रमोशन कर दी, नहीं तो उन्हें सड़े तो मैं गला बढ़ देना है। कहते तुसी मेरी प्रमोशन नहीं की है कि लास्ट वीक बिलो ने नवा काम शुरू करया है सूटा दा। हाय ने थोड़े थोड़े सूट पा दिया यार, मेरा ना चमचम वाला सूट इग्नोर करियो, ये बहुत गोल्ड 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 है। खैर अज ठंड सी, मैं अज सूट पाने का दिल सी, मैं चलो ये वेलवेट जो है थोड़ा निघा जाए अही पा लें जे तुसी आज ना बोले अपने व्लॉग ते ता थोड़ी खैर दोनों दी जान काट दूंगी। सो तो है ना, फिर दीद ने अपना काम शुरू किया अपना इंस्टाग्राम पेज शुरू किया है, अरमान क्लोज़ेट, प्लीज जाके जरूर फॉलो करो जे तुसी सोने सोने सूट मंगाने चाहते हैं, तो जे मैं इंडिया हुंदी नो मैसेज कर सकते हैं। इंस्टाग्राम ते फॉलो भी कर लियो बॉक्स दोनों भैणां नूं, है दीदी नूं भी सैंडी डॉट टड्डा ते अरमान क्लोज़ेट। ते फेसबुक ते बनाया दिंदा पेज, मैं क्या पता नहीं, तो उन्हें मेरी जान काट देनी, वैसे पता नहीं। चल भाग देख लो जो आ गया ना, जान रहा है। चल पहले इंस्टा ते कर लियो, वो भी बहुत वड्डी गल है, तुसी इंस्टा ते कर रहे हो जो उन्हें फॉलो, इक्के गल है इंस्टा ते करो या फेसबुक ते करो यार। देखिये तुसी सूट हाए किन्ने प्यारे प्यारे प्रिंट्स है, किन्ने प्यारे प्यारे फ्लोरल जे प्रिंट्स है ना, मैं तो फिर रोज देख के करदे आ यार, इतने सोहने दी ललचा रहे हैं सानू। यार किसने पूछा सीगा कि बिलो केड़े कॉलेज च पढ़ांदी है, बिलो पढ़ांदी सी पहला उन्होंने टंगोरी पढ़ाया, हां टंगोरी पढ़ाया, फिर उसके बाद उन्होंने इंडो ग्लोबल कॉलेज जो कि मेरा सी शाम आई मीन
ਇਹ ਤਾਂ ਸੋ ਵੀ ਲਏ ਖਾਜੀ ਕਰਾਂ ਹੈ ਇੱਥੇ ਓ ਸ਼ਿਟ ਕੁੱਤਾ ਨਹੀਂ ਹੋ ਗਿਆ ਤੁਹਾਡੇ ਨੋ ਟਿਕਲਿੰਗ ਟਿਕਲਿੰਗ ਮਾਸੜ ਜੀ ਦੀ ਵੀ ਨਹੀਂ ਉਹਨੂੰ ਹੁੰਦੀ ਹੋਈ ਉਹ ਡੈਡੀ ਤੇ ਬਿਲਕੁਲ ਨਹੀਂ ਹੁੰਦੀ ਪੈਰਾਂ ਤੇ ਤਾਂ ਸਪੈਸ਼ਲੀ ਪੈਰਾਂ ਤੇ ਡੈਡੀ ਦੇ ਢਿੱਡ ਤੇ ਇੱਥੇ ਇੱਥੇ ਜਿੱਥੇ ਮਰਜ਼ੀ ਕਰ ਲਓ ਹੁੰਦੇ ਹੁੰਦੀ ਹੋਈ ਨਹੀਂ ਕੁੱਤਕੁਤਾਰੀਆਂ ਯਾਰ ਕਿੰਨੀ ਗੰਦੀ ਲੱਗਦੀ ਫਿਰ ਆਪਾਂ ਨਾ ਹੁਣ ਡਿਸਾਈਡ ਕਰਿਆ ਕਿ ਆਪਾਂ ਰੈਸਟੋਰੈਂਟ ਤਾਂ ਕੁਛ ਲਿਆਈਏ ਹੁਣ ਅੱਧਾ ਘੰਟਾ ਵੇਸਟ ਹੋਏਗਾ ਇਹ ਸੋਚਣ ਦੀ ਕੀ ਹਾਲ ਹੈ ਕਿ ਆ ਮੁਰ ਕੇ ਕਿੱਥੇ ਲੈ ਕੇ ਆਉਂਦੇ ਆ ਹਾਲਾਂ ਦੇ ਫੈਵਰੀ ਟਾਈਮ ਲੈ ਕੇ ਆਉਂਦੇ ਚਲੋ ਤੁਸੀਂ ਡਿਸਾਈਡ ਸੋ ਹੁਣ ਅਸੀਂ ਮੰਗਾਉਣ ਲੱਗੇ ਰੈਸਟੋਰੈਂਟ ਤੋਂ ਫੂਡ ਤੇ ਚਲੋ ਫਿਰ ਲੈਣ ਚੱਲੀਏ ਪਤਾ ਬਾਰਿਸ਼ ਹੋ ਰਹੀ ਹੈ ਇੰਨੀ ਸੋਹਣੀ ਅੱਜ ਵੀ ਬਹੁਤ ਵਾਓ ਬਿਊਟੀਫੁਲ ਮੈਨੂੰ ਬਹੁਤ ਅੱਛਾ ਲੱਗਦਾ ਪਤਾ ਬਾਰਿਸ਼ 'ਚ ਟਰੈਵਲ ਕਰਨਾ ਹੁਣ ਅਸੀਂ ਵਾਪਿਸ ਆ ਗਏ ਆ ਘਰੇ ਫੂਡ ਲੈ ਕੇ ਅਸੀਂ ਵੈਸੇ ਬਹੁਤ ਘੱਟ ਖਾਦਾ ਹਨਾ ਬਾਹਰੋਂ ਫੂਡ ਬਟ ਹੁਣ ਬਹੁਤ ਦਿਨਾਂ ਬਾਅਦ ਯਾਰ ਵਾਂਸ ਇਨ ਅ ਵਾਈਲ ਚਲੋ ਹਨਾ ਸਾਨੂੰ ਵੀ ਥੋੜੀ ਬ੍ਰੇਕ ਮਿਲ ਜਾਂਦੀ ਹੈ ਕਿਚਨ ਤੋਂ ਤੇ ਸਾਨੂੰ ਨਾ ਮੈਸੇਜ ਆਇਆ ਸੀਗਾ ਹਨਾ ਇੰਸਟਾਗ੍ਰam ਤੇ ਕਿ ਯਾਰ ਉਹ ਕੁੜੀ ਨੇ ਨਾ ਰਾਜਵੀਰ ਹੈ ਹਨਾ ਉਹਨੇ ਸਾਨੂੰ ਪਹਿਲਾਂ YouTube ਤੇ ਵੀ ਬਹੁਤ ਵਾਰ ਮੈਸੇਜ ਕੀਤਾ ਸੇਮ ਕਮੈਂਟ ਕੀਤਾ ਮਤਲਬ ਸੇਮ ਚੀਜ਼ ਪੁੱਛੀ ਆ ਆਪਾਂ ਕਵਰ ਹੀ ਨਹੀਂ ਕਰ ਪਾਏ ਹਨਾ ਹੁਣ ਇੰਸਟਾਗ੍ਰam ਤੇ ਮੈਸੇਜ ਆਇਆ ਸੀਗਾ ਯਾਰ ਨਹੀਂ ਨਹੀਂ ਅਸੀਂ ਨੈਕਸਟ ਵਲੌਗ 'ਚ ਜ਼ਰੂਰ ਦੱਸਾਂਗੇ ਸਾਰਾ ਡਿਟੇਲ 'ਚ ਦੱਸਾਂਗੇ ਨਾਲੇ ਬੁਰਾ ਨਹੀਂ ਮੰਨਣਾ ਹੈ ਠੀਕ ਹੈ ਭੈਣ ਬਣੀ ਪਲੀਜ਼ ਲਵ ਯੂ ਬਹੁਤ ਸਾਰਿਆਂ ਨੂੰ ਐਂਡ ਥੈਂਕ ਯੂ ਸੋ ਮੱਚ ਤੁਸੀਂ ਸਾਡੀ ਵੀਡੀਓਜ਼ ਨੂੰ ਇੰਨਾ ਸਾਰਾ ਪਿਆਰ ਦਿੰਦੇ ਹੋ ਹਨਾ ਤੇ ਤੁਸੀਂ ਨੇ ਪਿਆਰੇ ਪਿਆਰੇ ਕਮੈਂਟਸ ਕਰਦੇ ਆ ਅਸੀਂ ਰੀਡ ਜ਼ਰੂਰ ਕਰਦੇ ਆ ਹਰੇਕ ਦਾ ਕਮੈਂਟ ਹਨਾ ਥੈਂਕ ਯੂ ਸੋ ਮੱਚ ਕੀਪ ਲਵਿੰਗ ਕੀਪ ਸਪੋਰਟਿੰਗ ਟਿਲ ਦੈਨ ਬਾਏ ਬਾਏ